नडाला च माता वैष्णो देवी क्लब नडाला ने सालाना जगराता करवाया। इत्थे माता वैष्णो देवी क्लब नडाला वल्लों हर साल की तरह इस साल भी इलाके अते प्रवासी वीरां दे सहयोग नाल देवी द्वारा मंदिर अड्डा नडाला विखे महामाई का 44वां सालाना जगराता क्लब प्रधान अमित कुमार बागल की प्रधानगी हेठ बड़ी ही श्रद्धा भावना नाल मनाया करवाया गया। इस जगराते का रस्मी उद्घाटन उगे समाज सेवक और प्रवासी भारती सुरेंद्रपाल शिंदा ने अपने कर कमलों नाल कीता। इस मौके वड्डी गिनती विच आई संगत नूं संबोधन करदिया सुरेंद्रपाल शिंदा सीनियर कांग्रसी आगू दलजीत सिंह नडाला डॉक्टर संदीप पछरीचा डॉक्टर नरेंद्रपाल बावा बलराम सिंह मान जिला प्रधान ਅਤੇ ਸਟੀਫਨ ਕਾਲਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਆਪਸੀ ਭਾਈਚਾਰਾ ਤਾਲਮੇਲ ਅਤੇ ਪਿਆਰ ਦੀ ਭਾਵਨਾ ਪੈਦਾ ਕਰਦੇ ਹਨ। ਇਸ ਮੌਕੇ ਪੰਜਾਬ ਦੇ ਉੱਘੇ ਗਾਇਕ ਰਾਜ ਹੰਸ ਪਠਾਨਕੋਟ ਵਾਲਿਆਂ ਨੇ ਮਹਾਮਾਈ ਦੀਆਂ ਭੇਟਾਂ ਗਾ ਕੇ ਆਈ ਸੰਗਤ ਨੂੰ ਨਿਹਾਲ ਕੀਤਾ। ਇਸੇ ਤਰ੍ਹਾਂ ਸੋਨੂ ਐਂਡ ਪਾਰਟੀ ਸੰਨੀ ਮਿੱਤਲ ਤੇਜੀ ਸੰਧੂ ਚੱਕੋਕੀ ਅਤੇ ਗੋਪੀ ਦਮੂੜੀਆਂ ਨੇ ਵੀ ਮਾਤਾ ਦੀਆਂ ਭੇਟਾਂ ਨਾਲ ਆਈ ਸੰਗਤ ਨੂੰ ਝੁੰਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਮਾਤਾ ਜੀ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ ਅਤੇ ਦੇਵੀ ਦੁਆਰਾ ਮੰਦਰ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਸੀ। ਸਟੇਜ ਦੀ ਸੇਵਾ ਕਲੱਬ ਸੈਕਟਰੀ ਪ੍ਰਮੋਦ ਕੁਮਾਰ ਸ਼ਰਮਾ ਮਾਡਲ ਟਾਊਨ ਅਤੇ ਲੱਕੀ ਭਾਰਤ ਵੱਲੋਂ ਬਾਖੂਬੀ ਤਰੀਕੇ ਨਾਲ ਨਿਭਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਵੀਨ ਕੁਮਾਰ ਸ਼ਰਮਾ, ਨੰਬਰਦਾਰ ਵਰਿੰਦਰ ਕੁਮਾਰ ਪਰਾਸ਼ਰ, ਸੂਬੇਦਾਰ ਗੰਗਾ ਰਾਮ, ਪ੍ਰੀਤਮ ਲਾਲ, ਕੈਸ਼ੀਅਰ ਰਣਜੀਤ ਸਿੰਘ, ਨਾਮਦੇਵ ਗੁਰਦੇਵਜੀਤ ਸਿੰਘ ਵੰਗੀ, ਨਰੇਸ਼ ਜੱਸਲ, ਮਾਸਟਰ ਮਹਿੰਗਾ ਰਾਮ, ਮਨਜਿੰਦਰ ਸਿੰਘ ਲਾਡੀ, ਕੈਮੀ ਬਾਗਲ, ਵਿਸ਼ਾਲ ਅਰੋੜਾ, ਰਮੇਸ਼ ਆੜਤੀਆ, ਡਾਕਟਰ ਬਲਵਿੰਦਰ ਸ਼ਰਮਾ, ਸਤਪਾਲ ਸਿੱਧੂ, ਮਨੀਸ਼ ਲਾਹੌਰੀਆ, ਧਰਮਪਾਲ ਮਰਾਰ, ਪੰਡਿਤ ਸਤਪਾਲ ਲਾਹੌਰੀਆ, ਸ਼ਿੰਦਾ ਠੇਕੇਦਾਰ, ਰਾਮ ਸਿੰਘ ਨਡਾਲਾ, ਸੰਜੀਵ ਕੁਮਾਰ ਜੋਸ਼ੀ, ਰਾਜੂ ਰਾਪੋ ਰਾਈਆ, ਜਗਦੀਸ਼ ਲਾਲ ਪੱਕੂ, ਪੱਪੂ, ਇੰਦਰਜੀਤ ਸਿੰਘ ਖੱਖ, ਹਰਜਿੰਦਰ ਸਿੰਘ ਸਾਹੀ, ਡਵਜਿੰਦਰ ਸਿੰਘ ਬੱਗਾ ਕੋਚ, ਕਰਨੈਲ ਸਿੰਘ ਮੁਲਤਾਨੀ, ਸਰਬੱਤ ਸਿੰਘ ਕੰਗ, ਖੁਸ਼ਵੰਤ ਸਿੰਘ, ਮਹਿੰਦਰ ਸਿੰਘ ਸਾਜਨ, ਗੋਪੀ ਪੰਡਿਤ, ਟਿੰਕੂ ਨਡਾਲਾ, ਸੋਨੂ ਨਡਾਲਾ, ਰਾਜਪਾਲ ਲਾਡੀ, ਮਨੋਜ ਰਾਣਾ, ਰਣਜਿੰਦਰ ਸੱਪਲ, ਇੰਦਰ ਸੰਦੀਪ ਰਾਣਾ, ਰਕੇਸ਼ ਕੁਮਾਰ ਨਡਾਲਾ, ਹਰਭਜਨ ਸਿੰਘ ਕਾਹਲੋਂ, ਹਰਦੇਵ ਸਿੰਘ ਪੁੱਲਰ ਅਤੇ ਹੋਰ ਸੰਗਤਾਂ ਹਾਜ਼ਰ ਸਨ। ਪ੍ਰੋਗਰਾਮ ਹੋਵੇ ਉਸ ਵਿੱਚ ਵੱਧ ਕਰਕੇ ਹੀ ਸਰ
बम बम बोले बम बम बोले अमृत दत्त जी बम बम बोले चाचा जी